ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਕੰਪਿਊਟਰ ਦੇ ਜਿਹੜੇ ਸਾਰੇ ਟੌਪਿਕਸ ਨੂੰ ਆਪਾਂ ਚੈਪਟਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਚੈਪਟਰਸ ਦੇ ਵਿੱਚ ਵੀ ਫਰਦਰ ਆਪਾਂ ਲੈਵਲ ਵਾਈਜ਼ ਸਾਰੇ ਕੁਐਸਚਨ ਨੂੰ ਡਿਵੀਜ਼ਨ ਕੀਤੀ ਹੈ। L1, L2, L3। L1 ਬੇਸਿਕ ਹੈ, L2 ਮੀਡੀਅਮ ਅਤੇ L3 ਹੈਗਾ ਹਾਰਡ ਲੈਵਲ। ਸੋ L1 ਅਤੇ L2 ਸਫੀਸ਼ੈਂਟ ਹੈ ਜੇਕਰ ਤੁਸੀਂ ਕੋਈ ਵੀ ਪੀਟਰ ਪਲੱਸ ਵੀ ਇਗਜ਼ਾਮ ਦੇਣਾ। ਅਤੇ ਜੇਕਰ ਤੁਸੀਂ ਸਬ ਇੰਸਪੈਕਟਰ ਪੰਜਾਬ ਪੁਲਿਸ ਤਾਂ ਫਿਰ ਤੁਹਾਨੂੰ ਤਿੰਨੋਂ ਲੈਵਲ ਦੇਖਣੇ ਪੈਣਗੇ, ਹੈ ਨਾ। L1 ਆਪਾਂ ਆਲਰੇਡੀ ਕੰਪਲੀਟ ਕਰਾ ਚੁੱਕੇ ਹਾਂ ਅਤੇ L2 ਦੀਆਂ ਇਹ ਸਾਰੀਆਂ ਵੀਡੀਓ ਜਿਹੜੀਆਂ ਆਪਾਂ ਅਪਲੋਡ ਕਰ ਕੁਛ ਕਰਤੀਆਂ ਕੁਛ ਕੁ ਪੈਂਡਿੰਗ ਨੇ। ਸੋ ਉਸੇ ਲੜੀ ਦੇ ਵਿੱਚੋਂ ਹੀ ਆਪਾਂ ਦੇਖਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਚੈਪਟਰ 10 ਈਮੇਲ। ਸੋ ਮੀਡੀਅਮ ਲੈਵਲ ਦਾ L2 ਲੈਵਲ ਦੇ ਆਪਾਂ ਕੁਸ਼ਚਨ ਇਹਦੇ ਵਿੱਚ ਦੇਖਾਂਗੇ। ਪਹਿਲਾ ਸਵਾਲ ਹੈਗਾ ਜਿਵੇਂ ਵਿਦ ਰਿਗਾਰਡਸ ਟੂ ਏ ਵਰਡ ਪ੍ਰੋਸੈਸਿੰਗ ਸੋਫਟਵੇਅਰ ਦੀ ਪ੍ਰੋਸੈਸ ਆਫ ਕੰਬਾਈਨਿੰਗ ਸਟੈਟਿਕ ਇਨਫੋਰਮੇਸ਼ਨ ਇਨ ਪਬਲੀਕੇਸ਼ਨ ਟੁਗੈਦਰ ਵਿਦ ਵੇਰੀਏਬਲ ਇਨਫੋਰਮੇਸ਼ਨ। ਦੇਖੋ ਕੀ ਕਹਿ ਰਿਹਾ ਇਹ, ਕੰਬਾਈਨ ਕਰਨਾ, ਕਿਹਨੂੰ ਕੰਬਾਈਨ ਕਰਨਾ, ਸਟੈਟਿਕ ਇਨਫੋਰਮੇਸ਼ਨ ਨੂੰ ਵਿਦ ਕਾਹਦੇ, ਵੇਰੀਏਬਲ ਇਨਫੋਰਮੇਸ਼ਨ ਦੇ, ਇਨ ਡੇਟਾ ਸੋਰਸ ਟੂ ਕ੍ਰੀਏਟ ਵਨ ਮਰਜਡ ਪਬਲੀਕੇਸ਼ਨ ਇਜ਼ ਗੋਲਡ। ਅਤੇ ਕਹਿੰਦਾ ਇੱਕ ਮਰਜਡ ਪਬਲੀਕੇਸ਼ਨ ਬਣ ਜਾਂਦੀ ਹੈ ਸਟੈਟਿਕ ਅਤੇ ਡਾਇਨਾਮਿਕ ਨੂੰ ਕੰਬਾਈਨ ਕਰਕੇ, ਅਤੇ ਉਹਨੂੰ ਆਪਾਂ ਕੀ ਕਹਿ ਰਹੇ ਹਾਂ। ਅਤੇ ਬਹੁਤ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੈ ਇਹ, ਜਿਵੇਂ ਚੰਡੀਗੜ੍ਹ ਐਡਮਿਨ ਕਲਰਕ 2020 ਦੇ ਵਿੱਚ ਆਇਆ। ਬਾਕੀ ਪੇਪਰਾਂ ਦੇ ਵਿੱਚ ਵੀ ਆਪਾਂ ਦੇਖਾਂਗੇ ਜਾਂ ਕੁਛ ਕੁਸ਼ਚਨ ਆਪਾਂ ਬੇਸਿਕ ਲੈਵਲ ਦੇ ਵਿੱਚ ਦੇਖ ਚੁੱਕੇ ਹਾਂ, ਤਾਂ ਇਹ ਬਹੁਤ ਜ਼ਿਆਦਾ ਸਵਾਲ ਪੁੱਛਿਆ ਜਾਂਦਾ, ਹੈ ਨਾ। ਸੋ ਪਹਿਲਾਂ ਆਪਾਂ ਦੇਖਦੇ ਹਾਂ, ਆਂਸਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਜਿਨ੍ਹਾਂ ਨੇ ਪਹਿਲਾਂ ਕਲਾਸਾਂ ਲਾਈਆਂ ਹੋਈਆਂ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਵੀ ਕੀ ਆਂਸਰ ਹੈ ਇਹਦਾ, ਹੈ ਨਾ। ਸੋ ਆਂਸਰ ਇਹਦਾ ਹੈਗਾ ਮੇਲ ਮਰਜ, ਬਟ ਮੇਲ ਮਰਜ ਦੇ ਰਿਗਾਰਡਿੰਗ ਕੁਛ ਹੋਰ ਚੀਜ਼ਾਂ ਸਮਝਣ ਵਾਲੀਆਂ ਨੇ, ਥੋੜ੍ਹਾ ਜਿਹਾ ਬੇਸ ਬਣਾਉਣੇ ਆ ਆਪਾਂ। ਜਿਹੜੇ ਬੰਦੇ ਨਵੇਂ ਜੁੜੇ ਨੇ, ਇੱਕ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ, ਕਮੈਂਟ ਕਰਕੇ ਵੀ ਦੱਸਿਆ ਕਰੋ, ਲਾਈਕ ਵੀ ਕਰ ਦਿਆ ਕਰੋ, ਹੈ ਨਾ। ਅਤੇ ਜੇ ਹੋ ਸਕਦਾ ਤੁਹਾਨੂੰ ਵਧੀਆ ਲੱਗਦਾ ਤਾਂ ਸ਼ੇਅਰ ਸ਼ੁਅਰ ਵੀ ਕਰ ਦਿਆ ਕਰੋ, ਠੀਕ ਹੈ। ਸੋ ਆਪਾਂ ਦੇਖਦੇ ਹਾਂ ਵੀ ਮੇਲ ਮਰਜ ਕੀ ਹੁੰਦਾ ਅਸਲ ਦੇ ਵਿੱਚ। ਪਹਿਲਾਂ ਆਪਾਂ ਥੋੜ੍ਹੀ ਜਿਹੀ ਕਹਾਣੀ ਬਣਾਉਣੇ ਆ। ਸਪੋਜ਼ ਕਰੋ ਤੁਸੀਂ ਕਿਤੇ ਸਕੂਲ ਦੇ ਵਿੱਚ ਟੀਚ ਕਰਦੇ ਹੋ, ਹੈ ਨਾ। ਤਾਂ ਉੱਥੇ ਤੁਹਾਡੇ ਕੋਲ 100 ਸਟੂਡੈਂਟਸ ਨੇ ਟੋਟਲ, 100 ਸਟੂਡੈਂਟਸ ਦਾ ਰਿਜ਼ਲਟ ਆਇਆ, ਤਾਂ ਸਟੂਡੈਂਟ ਦਾ, ਹਰ ਸਟੂਡੈਂਟ ਦਾ ਨੇਮ ਹੈ ਤੁਹਾਡੇ ਕੋਲ, ਸਟੂਡੈਂਟ ਨੇਮ, ਫਿਰ ਉਹਦਾ ਰੋਲ ਨੰਬਰ ਹੈ, ਫਿਰ ਉਹਦੀ ਕਲਾਸ ਹੈ, ਫਿਰ ਉਹਦੇ ਮਾਰਕਸ ਨੇ, ਯਾਨੀ ਕਿ ਸਬਜੈਕਟ 1 ਦੇ ਮਾਰਕਸ, ਸਬਜੈਕਟ 2 ਦੇ ਮਾਰਕਸ ਨੇ, ਸਬਜੈਕਟ 3 ਦੇ ਮਾਰਕਸ ਨੇ, ਫਿਰ ਤੁਸੀਂ ਕੁਛ ਰਿਮਾਰਕ, ਫਿਰ ਟੋਟਲ ਕਹਿ ਲਓ, ਚਲੋ ਟੋਟਲ ਕਿੰਨੇ ਬਣ ਗਏ, ਫਿਰ ਤੁਸੀਂ ਕੁਛ ਰਿਮਾਰਕਸ ਦੇਣਾ। ਮੰਨ ਲਓ ਇਹ ਸਪੋਜ਼ ਕਰੋ ਸਟੂਡੈਂਟ ਦਾ ਨੇਮ ਹੈਗਾ ਏ, ਉਹਦਾ ਰੋਲ ਨੰਬਰ 1 ਹੈ, ਕਲਾਸ ਉਹਦੀ 5th ਹੈ, ਅਤੇ ਪਹਿਲੇ 14 ਆਏ ਨੇ 35, 30, 18, 20, ਟੋਟਲ 20 ਤਾਂ ਨਹੀਂ ਬਣਨਗੇ, ਚਲੋ ਟੋਟਲ ਚਲੋ ਸਪੋਜ਼ ਕਰੋ ਜਿੰਨੇ ਵੀ ਬਣ ਗਏ, ਅੰਦਾਜ਼ਾ ਲਾਉਣਾ ਆਪਾਂ ਤਾਂ, ਹੈ ਨਾ। ਸੋ ਇਹ ਬੱਚੇ ਦੇ ਨੰਬਰ ਨੇ ਜਿਹੜੇ ਘੱਟ ਨੇਗੇ, 300 ਦੇ ਵਿੱਚੋਂ 120 ਨੰਬਰ ਨੇ, ਇਹਨੂੰ ਤੁਸੀਂ ਕਹਿਣਾ ਹੈ ਕਿ ਤੁਹਾਡੀ ਪਰਫੋਰਮੈਂਸ ਠੀਕ ਨਹੀਂ ਹੈ, ਤੁਸੀਂ ਅੱਗੇ ਤੋਂ ਜ਼ਿਆਦਾ ਮਿਹਨਤ ਕਰੋ। ਹੁਣ ਇਸ ਤਰ੍ਹਾਂ ਕਰਕੇ ਪੂਰੀ ਐਕਸਲ ਫਾਈਲ ਹੋਊਗੀ ਆਪਣੇ ਕੋਲ ਸਾਰੇ ਸਟੂਡੈਂਟਸ ਦੀ, ਹੈ ਨਾ। ਜੇ ਆਪਾਂ ਕੀ ਭੇਜਣਾ ਚਾਹੁੰਦੇ, ਉਹਨਾਂ ਦੇ ਪੇਰੈਂਟਸ ਨੂੰ ਭੇਜਣਾ ਚਾਹੁੰਦੇ ਹਾਂ, ਇੱਕ ਤਾਂ ਇਹ ਹੈਗਾ ਵੀ ਉਹ ਬੱਚੇ ਦੇ ਪੇਰੈਂਟਸ ਦਾ ਆਪਣੇ ਕੋਲ ਵਟਸਐਪ ਨੰਬਰ ਹੋਊਗਾ, ਵਟਸਐਪ 'ਤੇ ਸਾਰੀ ਲਿਸਟ ਭੇਜ ਦਾਂਗੇ 100 ਬੱਚੇ ਦੀ, ਤਾਂ ਉਹ ਸਾਰੇ ਦੇਖ ਲੈਣਗੇ ਵੀ ਕਰੋਲ ਨੰਬਰ ਦੇ ਕਿੰਨੇ ਆ, 2 ਦੇ ਕਿੰਨੇ ਆ, ਕੰਪੈਰੀਟਿਵ ਹੋ ਜਾਊਗਾ, ਹੈ ਨਾ। ਤਾਂ ਆਪਾਂ ਕੰਡੀਸ਼ਨ ਇਹ ਵੀ ਹੈ ਵੀ ਆਪਾਂ ਯਾਰ ਇੱਕ ਬੱਚੇ ਨੂੰ ਉਸੇ ਦਾ ਹੀ ਰਿਕਾਰਡ ਜਾਵੇ, ਪ੍ਰਾਈਵੇਸੀ ਇਸ਼ੂ ਹੁੰਦਾ, ਹੈ ਨਾ, ਵੀ ਆਪਾਂ ਦੂਜੇ ਬੱਚਿਆਂ ਦੀ ਕਿਉਂ ਭੇਜ ਗਏ ਲਿਸਟ, ਇਹ ਕੰਡੀਸ਼ਨ ਹੈ ਆਪਣੀ। ਦੂਜੀ ਗੱਲ ਹੈਗੀ ਆ ਵੀ ਆਪਾਂ ਮੇਲ ਕਰ ਦਈਏ, ਜੇ ਮੇਲ ਕਰਾਂਗੇ ਇੱਕੋ ਹੀ ਐਕਸਲ ਫਾਈਲ ਸਾਰਿਆਂ ਨੂੰ ਮੇਲ ਕਰਾਂਗੇ ਤਾਂ ਸਾਰਿਆਂ ਨੂੰ ਦਿਖ ਜੂ, ਜੇ ਇਕੱਲਾ ਇਕੱਲਾ ਰਿਕਾਰਡ, ਮੰਨ ਲਓ ਆਹ ਇਨਫੋਰਮੇਸ਼ਨ ਪਹਿਲੇ ਬੱਚੇ ਨੂੰ ਭੇਜਾਂਗੇ, ਅਗਲਾ 20 ਆ, ਰੋਲ ਨੰਬਰ 2 ਹੈ, ਮੰਨ ਲਓ ਉਹਦੇ ਆ ਗਏ 280, ਇਹਨੂੰ ਆਪਾਂ ਕਮੈਂਟ ਲਿਖਣੇ ਨੇ ਵੀ ਤੇਰੀ ਪਰਫੋਰਮੈਂਸ ਬਹੁਤ ਵਧੀਆ, ਅੱਛਾ ਕਰ ਰਿਹਾ, ਗ੍ਰੇਟ ਕਰ ਰਿਹਾ, ਹੈ ਨਾ। ਸੋ ਇਹਦੇ ਕਮੈਂਟ ਬਦਲ ਗਏ, ਤਾਂ ਇਹਨੂੰ ਅਲੱਗ ਤੋਂ ਮੇਲ ਭੇਜਾਂਗੇ ਤਾਂ 100 ਮੇਲਸ ਆਪਾਂ ਨੂੰ ਭੇਜਣੀਆਂ ਪੈਣੀਆਂ, ਤਾਂ ਬੜਾ ਟਾਈਮ ਲੱਗ ਜੂਗਾ, ਟਾਈਮ ਕੰਜ਼ਿਊਮਿੰਗ। ਕਿਉਂ ਨਾ ਆਪਾਂ ਕੁਛ ਐਵੇਂ ਦਾ ਸੋਫਟਵੇਅਰ ਕਨਫਿਗਰ ਕਰ ਲਈਏ ਜਿਹਦੇ ਵਿੱਚ ਇੱਕ ਸਿੰਗਲ ਕਲਿੱਕ 'ਤੇ ਇੱਕ ਬੰਦੇ ਨੂੰ ਇੱਕੋ ਹੀ ਰਿਕਾਰਡ ਚੱਲ ਜਾਏ, ਉਹ ਬੰਦੇ ਨੂੰ ਆਹ, ਪਹਿਲੇ ਬੰਦੇ ਨੂੰ ਆਹ ਰਿਕਾਰਡ ਜਾਵੇ, ਤਾਂ ਇੱਥੇ ਆਪਾਂ ਨੂੰ ਉਹਦੀ ਈਮੇਲ ਭਰਨੀ ਪੈਣੀ ਆ, ਈਮੇਲ ਵਾਲਾ ਫੀਲਡ, ਉਹਦੇ ਪੇਰੈਂਟਸ ਦੀ ਜੋ ਵੀ ਮੇਲ ਹੋਈ, ਇੱਥੇ ਇੱਥੇ ਦੂਜੇ ਰੋਲ ਨੰਬਰ ਦੀ ਈਮੇਲ, ਹੈ ਨਾ। ਤਾਂ ਇਸ ਦੇ ਨਾਲ ਐਸੋਸੀਏਟ ਕਰ ਲਾਂਗੇ ਆਪਾਂ, ਮੇਲ ਮਰਜ ਕਨਫਿਗਰ ਕਰ ਲਾਂਗੇ MS ਆਫਿਸ ਦੇ ਵਿੱਚ, ਵਰਡ ਦੇ ਵਿੱਚ ਉਹ ਬਣ ਜਾਂਦੀ ਹੈ, ਤਾਂ ਉਹ ਇਕੱਲੇ ਇਕੱਲੇ ਨੂੰ ਮੇਲ ਚਲੀ ਜਾਊਗੀ, ਜੋ ਵੀ ਅਸੀਂ ਭੇਜਣਾ ਚਾਹੁੰਦੇ ਹਾਂ, ਸਟੈਟਿਕ ਇਨਫੋਰਮੇਸ਼ਨ ਅਤੇ ਡਾਇਨਾਮਿਕ ਜਾਂ ਵੇਰੀਏਬਲ। ਆਹ ਇਨਫੋਰਮੇਸ਼ਨ ਵੇਰੀਏਬਲ ਹੈ, ਸਾਰਿਆਂ ਦੀ ਬਦਲੂਗੀ, ਸਾਰਿਆਂ ਦੇ ਮਾਰਕਸ ਬਦਲਣਗੇ, ਨੇਮ ਬਦਲੂਗਾ, ਰੋਲ ਨੰਬਰ ਬਦਲੂਗਾ, ਹੈ ਨਾ। ਸਟੈਟਿਕ ਇਨਫੋਰਮੇਸ਼ਨ ਕਿਹੜੀ ਹੋਊਗੀ ਉਹ ਮੈਂ ਆਪਾਂ ਡਿਸਕਸ ਕਰਦੇ ਹਾਂ। ਸੋ ਇਹਦੇ ਨਾਲ ਦਾ ਹੀ ਅਸੀਂ ਇੱਕ ਸੋਫਟਵੇਅਰ ਬਣਾਇਆ ਸੀ 2018-19 ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਸੀਂ ਮੈਸ ਕਮੇਟੀ ਦੇ ਵਿੱਚ ਉੱਥੇ ਮੈਂਬਰ ਰਹੇ ਹਾਂ, ਹੈ ਨਾ। ਸੋ ਉੱਥੇ ਅਸੀਂ ਕੀ ਸੀਗਾ, ਹੋਮੀ ਬਾਬਾ ਹੋਸਟਲ ਦਾ ਨਾਮ ਹੈ ਸਾਡੇ, mess.homibaba।
ਉੱਥੇ ਕੋਆਪਰੇਟਿਵ ਮੈਸ ਹੈ, ਯਾਨੀ ਕਿ ਸਾਡੇ ਕੋਲ 400 ਖਾਤਾ ਸੀਗਾ। ਅਸੀਂ ਉਹ ਖਾਤੇ ਦੇ ਵਿੱਚ ਜਿਵੇਂ ਮੰਨ ਲਓ ਅੱਜ ਤਰੀਕ ਹੈਗੀ ਆਪਣੇ ਕੋਲ, ਸਪੋਜ਼ ਕਰ ਲੈਂਦੇ ਹਾਂ 2 ਤਰੀਕ ਆ, ਹੈ ਨਾ, 2 ਜਨਵਰੀ ਹੈ ਸਪੋਜ਼ ਕਰੋ, 2 ਜਨਵਰੀ ਦਾ ਜਿੰਨਾ ਵੀ ਇੱਕ ਸਟੂਡੈਂਟ ਦਾ ਖਰਚਾ ਆਇਆ ਉਹ 3 ਜਨਵਰੀ ਨੂੰ ਉਹਦੇ ਕੋਲ ਜੇਕਰ ਮੇਲ ਚੱਲ ਜੇ ਵੀ ਤੂੰ ਕਿੰਨਾ ਕੰਟੀਨ ਦਾ ਖਰਚਾ, ਚਾਹ ਚੂ ਪੀ ਲਈ, ਬਿਸਕਿਟ ਖਾ ਲਏ, ਕਿੰਨਾ ਤੂੰ ਖਰਚਾ ਤੇਰਾ ਉਹਦਾ ਹੋਇਆ, ਕਿੰਨੀਆਂ ਤੇਰੀਆਂ ਡਾਇਟਾਂ ਹੋਈਆਂ, ਇਸ ਚੀਜ਼ ਦੇ ਨਾਲ ਟਰਾਂਸਪੇਰੈਂਸੀ ਆਊਗੀ। ਇੱਕ ਕਈ ਵਾਰੀ ਮਣੀਮ ਹੁੰਦੇ ਨੇ, ਉਹ ਧੱਕੇ ਨਹੀਂ ਲਿਖ ਲੋ ਜਾਂਦੇ ਆ ਬੰਦੇ ਨੂੰ, ਹੈ ਨਾ, ਜਿਹੜੇ ਹੋਸਟਲਾਂ 'ਚ ਰਹੇ ਉਹਨਾਂ ਨੂੰ ਪਤਾ ਇਹ ਬੜੀ ਦੁੱਖ ਦਰਦ ਹੁੰਦੇ ਆ ਵੀ ਆਪਾਂ ਪੁੱਛ ਵੀ ਨਹੀਂ ਸਕਦੇ ਰੋਜ਼ ਵੀ ਅੱਜ ਮੈਂ ਕਿੰਨਾ ਖਾਧਾ। ਤਾਂ ਇਸ ਚੀਜ਼ ਦੀ ਬੜੀ ਵੱਡੀ ਅਸੀਂ ਕ੍ਰਾਂਤੀ ਲੈ ਕੇ ਆਉਂਦੀ ਸੀਗੀ ਹੋਸਟਲ ਦੇ ਵਿੱਚ। ਬਹੁਤ ਬੰਦਿਆਂ ਨੇ ਵਿਰੋਧ ਵੀ ਕਰਿਆ ਜਿਹੜੇ ਥੋੜੇ ਸ਼ਗਨ ਛਕਾਉਣ ਵਾਲੇ ਸੀ, ਤੇ ਉਹਨਾਂ ਨੇ ਕਾਫੀ ਵਿਰੋਧ ਕਰਿਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਟਰਾਂਸਪੇਰੈਂਸੀ ਹੋ ਗਈ ਸੀ, ਸਟੂਡੈਂਟਸ ਨੂੰ ਵੀ ਵਧੀਆ ਲੱਗਦਾ ਸੀਗਾ। ਤੇ ਜੇ ਕਈ ਵਾਰੀ ਡਾਇਟ ਜ਼ਿਆਦਾ ਲਿਖੀ ਪਈ ਹੁੰਦੀ ਸੀ ਤਾਂ ਦੂਜੇ ਦਿਨ ਜਾ ਕੇ ਬੰਦਾ ਮਨੀਮ ਨੂੰ ਪੁੱਛਦਾ ਸੀਗਾ ਕਿ ਯਾਰ ਮੈਂ ਖਾਧੀ ਤਾਂ ਹੈ ਨਹੀਂ, ਮੈਨੂੰ ਲਿਖੇ ਪਈ ਆ। ਤਾਂ ਮਨੀਮ ਵੀ ਥੋੜੇ ਜਿਹੇ ਅਲਰਟ ਹੋ ਗਏ ਸੀ, ਉਹਨਾਂ ਨੂੰ ਪਤਾ ਸੀਗਾ ਵੀ ਦੂਜੇ ਦਿਨ ਨਹੀਂ, ਫਿਰ ਪੁੱਜਾ ਬਹਿਣਗੀਆਂ, ਹੈ ਨਾ, ਵੀ ਜੇ ਜ਼ਿਆਦਾ ਲਿਖਤਾ। ਤਾਂ ਦੇਖੋ ਇਹਦੇ ਵਿੱਚ ਕੀ ਸੀਗਾ, ਮੇਲ ਦੇ ਵਿੱਚ ਕੀ ਜਾਂਦਾ ਸੀ, ਡੀਅਰ ਕੁਲਦੀਪ ਸਿੰਘ, ਉਹਦਾ ਰੂਮ ਨੰਬਰ ਕਿੰਨਾ ਸੀ, ਜਿਵੇਂ ਆਪਾਂ ਪਿਛਲੇ ਗੱਲ ਕੀਤੀ ਸੀ ਸਟੂਡੈਂਟ ਦਾ, ਉਹਦਾ ਨੇਮ ਹੋ ਗਿਆ, ਰੋਲ ਨੰਬਰ ਹੋ ਗਿਆ। ਇੱਥੇ ਥੋੜਾ ਜਿਹਾ ਵੱਖਰਾ ਸੀ, ਅਕਾਊਂਟ ਨੰਬਰ ਇੰਨਾ ਸੀ, ਹੇਅਰ ਇਜ ਯੂਅਰ ਮੈਸ ਬਿਲ ਡਿਟੇਲ ਵੈਂਸਡੇ 30th October 2019, ਕਹਿੰਦਾ ਤੁਹਾਡੇ 30 ਅਕਤੂਬਰ ਮੈਸ ਦੀ ਡਿਟੇਲਸ ਨੇ। ਕੰਟੀਨ 66 ਰੁਪਏ ਦੀ, ਜਿਵੇਂ ਚਾਹ ਚੂ ਆ ਗਿਆ ਪਰੌਠਾ ਕੰਟੀਨ 'ਚ ਆਉਂਦਾ ਸੀ, ਕੋਈ ਸ਼ੇਕ ਪੀ ਲਿਆ, ਹੈ ਨਾ। ਤਾਂ ਡਾਇਟਸ 0 ਨੇ, ਗੈਸ ਡਾਇਟ, ਮੰਨ ਲਓ ਮੇਰੇ ਨਾਲ ਕੋਈ ਬੰਦਾ ਆ ਗਿਆ, ਉਹ ਗੈਸ ਡਾਇਟ ਦੇ ਵਿੱਚ, ਕਿਉਂਕਿ ਗੈਸ ਡਾਇਟ ਥੋੜ੍ਹੀ ਜਿਹੀ ਮਹਿੰਗੀ ਹੁੰਦੀ ਸੀ, ਤਾਂ ਗੈਸ ਡਾਇਟ ਨੂੰ ਅਸੀਂ ਅਲੱਗ ਕਾਊਂਟ ਕਰਦੇ ਸੀ, ਡਾਇਟਸ ਨੂੰ ਅਸੀਂ ਅਲੱਗ ਕਾਊਂਟ ਕਰਦੇ ਸੀ। ਇਹ ਹੋ ਗਿਆ ਇਨਫੋਰਮੇਸ਼ਨ। ਅਗਲੀ ਹੋ ਗਈ, ਕਹਿੰਦਾ 1 ਤਰੀਕ ਤੋਂ ਲੈ ਕੇ 30 ਤੱਕ, ਇਹ ਵੀ ਟੋਟਲ ਵੀ ਤਾਂ ਹੋਣਾ ਹੀ ਚਾਹੀਦਾ ਨਾ, ਜਦੋਂ ਐਕਸਲ ਦੇ ਵਿੱਚ ਡੇਟਾ ਆ ਗਿਆ ਤੇ ਟੋਟਲ ਕਰਨਾ ਕੀ ਔਖਾ ਹੈ। ਕਹਿੰਦਾ ਟੋਟਲ ਕੰਟੀਨ ਅਮਾਊਂਟ ਜਿਹੜੀ ਤੁਹਾਡੀ 1 ਤੋਂ ਲੈ ਕੇ 30 ਤੱਕ 3160 ਰੁਪਏ ਹੋ ਗਏ, ਤੇ ਡਾਇਟਾਂ ਕਿੰਨੀਆਂ ਹੋ ਗਈਆਂ, 60 ਹੋ ਗਈਆਂ, ਤੇ ਗੈਸ ਡਾਇਟਾਂ 30 ਹੋ ਗਈਆਂ। ਤਾਂ ਬੰਦੇ ਨੂੰ 30 ਤਰੀਕ ਤੱਕ ਆਈਡੀਆ ਹੋ ਗਿਆ ਵੀ ਰਫਲੀ ਜੇ 40 ਜਾਂ 42 ਰੁਪਏ ਡਾਇਟ ਜਾਂਦੀ ਆ, ਤਾਂ ਉਹ ਅੰਦਾਜ਼ਾ ਲਾ ਲੈਂਦਾ ਵੀ ਮੇਰਾ ਯਾਰ 6,000-7,000 ਬਿੱਲ ਆਊਗਾ, ਇੰਨੇ ਕਿਤੇ ਤੇ ਫਾਈਨ ਪੈ ਜਾਊਗਾ। ਤਾਂ ਪ੍ਰਪੇਅਰ ਹੋ ਜਾਂਦਾ ਬੰਦਾ, ਜਾਂ ਉਹਨੂੰ ਪੂਰਾ ਟਰਾਂਸਪੇਰੈਂਸੀ ਪਤਾ ਲੱਗਦੀ ਰਹਿੰਦੀ ਹੈ। ਤਾਂ ਇਹ ਹੈਗਾ ਮੇਲ ਮਰਜ। ਤਾਂ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ ਦੱਸਦਾ ਵੀ ਸਟੈਟਿਕ ਤੇ ਡਾਇਨਾਮਿਕ ਇਨਫੋਰਮੇਸ਼ਨ ਨੂੰ ਕਿਵੇਂ ਕੰਬਾਈਨ ਕਰਦੇ ਆ। ਆਹ ਦੇਖੋ, ਡੀਅਰ ਯੂਅਰ ਰੂਮ ਨੰਬਰ, ਯੂਅਰ ਅਕਾਊਂਟ ਨੰਬਰ, ਇਹ ਵਾਲੀ ਆਹ ਵਾਲੀ ਇਨਫੋਰਮੇਸ਼ਨ ਹੈ ਜਿਹੜੀ ਸਟੈਟਿਕ ਹੈ, ਸਾਰੇ ਬੰਦਿਆਂ ਨੂੰ ਇਹ ਜਾਣੀ ਜਾਣੀ ਆ, ਠੀਕ ਹੈ। ਤਾਂ ਆਹ ਵਾਲੀ ਹੈਗੀ ਹੈ ਸਟੈਟਿਕ, ਇਹਨੂੰ ਆਪਾਂ ਲਿਖ ਲੈਂਦੇ ਹਾਂ ਸਟੈਟਿਕ, STATIC ਸਟੈਟਿਕ। ਜਿਹੜਾ ਨੇਮ ਹੋ ਗਿਆ, ਪੈਨ ਦਾ ਰੰਗ ਜਿਹਾ ਬਦਲ ਲੈਂਦੇ ਹਾਂ, ਆਈਡੈਂਟੀਫਾਈ ਕਰਨਾ ਸੌਖਾ ਹੋ ਜਾਊਗਾ। ਜਿਹੜਾ ਨੇਮ ਹੋ ਗਿਆ, ਰੂਮ ਨੰਬਰ ਹੋ ਗਿਆ, ਅਕਾਊਂਟ ਨੰਬਰ ਹੋ ਗਿਆ, 30 ਅਕਤੂਬਰ 2019, ਇਹ ਵੀ ਚਲੋ ਸਾਰਿਆਂ ਨੂੰ ਜਾਊਗਾ। ਆਹ ਵਾਲੀ ਇਨਫੋਰਮੇਸ਼ਨ ਇਹ ਕਿਹੜੀ ਹੈ, ਵੇਰੀਏਬਲ, ਸਟੈਟਿਕ ਤੇ ਵੇਰੀਏਬਲ, ਵੇਰੀਏਬਲ ਸੋਰੀ, ਵੇਰੀਏਬਲ ਮਤਲਬ ਹਰ ਸਟੂਡੈਂਟ ਦੇ ਲਈ ਇਹ ਵੇਰੀ ਕਰਦੀ ਆ। ਮੇਰੇ ਲਈ ਹੋਰ ਆ, ਜਿਹੜਾ 337 ਨੰਬਰ ਅਕਾਊਂਟ ਹੋਊਗਾ ਉਹਦੇ ਲਈ ਹੋਰ ਹੋਣੀ ਆ। ਤਾਂ ਦੇਖੋ, ਸਟੈਟਿਕ ਨੂੰ ਤੇ ਡਾਇਨਾਮਿਕ ਨੂੰ ਆਪਾਂ ਕੰਬਾਈਨ ਕਰ ਰਹੇ ਹਾਂ ਨਾ, ਤਾਂ ਇਸੇ ਨੂੰ ਮੇਲ ਵਰਜ ਬੋਲਦੇ ਆ। ਤਾਂ ਆਹ ਵੀ ਸਾਰੀ ਕੀ ਹੈ, ਇਨਫੋਰਮੇਸ਼ਨ ਸਟੈਟਿਕ ਹੈ, ਕਿਉਂਕਿ ਸਾਰਿਆਂ ਨੂੰ ਹੀ ਸੇਮ ਜਾਣੀ ਹੈ ਇਹ, ਰੂਲ ਵਗੈਰਾ ਕੀ ਨੇ, ਰੂਲ ਰੈਗੂਲੇਸ਼ਨ ਕੀ ਨੇ। ਤਾਂ ਸਟੈਟਿਕ ਤੇ ਡਾਇਨਾਮਿਕ ਨੂੰ ਕੰਬਾਈਨ ਕਰਕੇ ਭੇਜਣਾ, ਉਹਨੂੰ ਕੀ ਬੋਲਦੇ ਆ, ਮੇਲ ਮਰਜ ਬੋਲਦੇ ਆ। ਕਈ ਵਾਰੀ ਉਹ ਐਂ ਵੀ ਪੁੱਛ ਲੈਂਦਾ, ਸੇਮ ਲੈਟਰ ਮਲਟੀਪਲ ਮੇਲਸ ਨੂੰ ਭੇਜਣਾ। ਅਸੀਂ ਕਿਸੇ ਨੂੰ ਇਨਵੀਟੇਸ਼ਨ ਭੇਜਣਾ, ਸਪੋਜ਼ ਕਰੋ ਇਹ ਨਹੀਂ ਭੇਜਣਾ, ਸਾਰੇ ਬੰਦੇ ਨੂੰ ਇਨਵੀਟੇਸ਼ਨ ਭੇਜਣਾ, ਇੱਕੋ ਜਿਹੀ ਲੈਟਰ ਭੇਜਣਾ, ਤਾਂ ਉੱਥੇ ਵੀ ਮੇਲ ਮਰਜ ਆਪਾਂ ਵਰਤ ਸਕਦੇ ਹਾਂ, ਹੈ ਨਾ। ਸੋ ਇਸ ਤਰ੍ਹਾਂ ਕਰਕੇ ਇਹ ਤੁਸੀਂ ਵਰਡ ਦੇ ਵਿੱਚ ਖੋਲੋਗੇ, ਮੇਲਿੰਗ ਦੇ ਵਿੱਚ ਜਾ ਕੇ ਸਟਾਰਟ ਮੇਲ ਮਰਜ, ਉੱਥੇ ਹੋਊਗਾ ਈਮੇਲ ਮੈਸੇਜਿਸ, ਤੇ ਨੀਚੇ ਜਾ ਕੇ ਹੋ ਜਾਊਗਾ ਸਟੈਪ ਬਾਏ ਸਟੈਪ ਮੇਲ ਮਰਜ ਰਿਜ਼ਲਟ। ਤਾਂ ਤੁਸੀਂ ਅਗਰ ਕਿਸੇ ਸਕੂਲ ਦੇ ਵਿੱਚੋਂ ਜਾਂ ਕੰਪਨੀ ਦੇ ਵਿੱਚੋਂ, ਤਾਂ ਇਹਦੀਆਂ ਬਹੁਤ ਸਾਰੀਆਂ ਵੀਡੀਓ ਅਵੇਲੇਬਲ ਨੇ ਯੂਟਿਊਬ ਤੇ, ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਆਪਾਂ ਕਨਫਿਗਰ ਕਿਵੇਂ ਕਰਨਾ। ਇਹ ਤੁਹਾਡਾ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਸੌਖਾ ਕਰ ਦਿੰਦਾ ਕੰਮ, ਹੈ ਨਾ, ਕਿਸੇ ਵੀ ਕੱਲ੍ਹ ਨੂੰ ਤੁਸੀਂ ਜੋਬ ਤੇ ਹੋ ਤਾਂ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ ਵੀ ਮੇਲ ਮਰਜ ਹੁੰਦਾ ਕੀ ਹੈ। ਕਹਿੰਦਾ ਵੈਨ ਯੂਜ਼ਿੰਗ ਈਮੇਲ, ਇਹ ਮੈਂ ਥਿਊਰੀ ਤਾਂ ਐਡ ਕਰਨ ਲੱਗਿਆ ਕਿਉਂਕਿ ਮੈਨੂੰ ਬੱਚਿਆਂ ਦੇ ਕਮੈਂਟ ਆਏ ਸੀਗੇ ਵੀ ਥੋੜ੍ਹੇ ਜਿਹੇ ਥਿਊਰੀ ਦੇ ਵਿੱਚੋਂ ਨੋਟਸ ਬਣਾਉਣੇ ਜਾਂ ਸਕਰੀਨਸ਼ਾਟ ਲੈਣੇ ਥੋੜ੍ਹਾ ਸੌਖਾ ਹੋ ਜਾਂਦਾ। ਜਿਹੜੀ ਗੱਲ ਬੋਲਦੇ ਹਾਂ ਆਪਾਂ, ਉਹ ਬੋਲ ਕੇ ਇਹ ਹੁੰਦਾ ਵੀ ਥੋੜ੍ਹਾ ਲਿਖਣਾ ਵੀ ਵਾਰੀ ਵਾਰੀ ਪਿੱਛੇ ਕਰਨੀ ਪੈਂਦੀ ਹੈ ਵੀਡੀਓ, ਹੈ ਨਾ, ਤਾਂ ਮੈਂ ਥਿਊਰੀ ਥੋੜ੍ਹੀ ਐਡ ਕਰਨ ਲੱਗੇ ਆਪਾਂ। ਤੇ ਇਹੀ ਨੋਟਸ ਜਿਹੜੇ ਹੈਗੇ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਤੁਹਾਨੂੰ ਮਿਲ ਜਾਣਗੇ। ਤੁਸੀਂ ਚੈਨਲ ਦੇ ਹੋਮ ਪੇਜ ਤੇ ਜਾਓਗੇ, ਬਿਲਕੁਲ ਲੈਫਟ ਹੈਂਡ ਸਾਈਡ ਤੇ ਟੈਲੀਗ੍ਰਾਮ ਦਾ ਆਈਕਨ ਹੈ, ਉਹਦੇ ਤੇ ਕਲਿੱਕ ਕਰੋ ਤੇ ਟੈਲੀਗ੍ਰਾਮ ਚੈਨਲ ਦੇ ਵਿੱਚ ਤੁਸੀਂ ਜੁਆਇਨ ਕਰ ਲਓ। ਇਸ PPT ਦੀ ਬਿਲਕੁਲ PDF ਫਾਈਲ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ, ਤੁਸੀਂ ਪ੍ਰਿੰਟ ਵਗੈਰਾ ਵੀ ਕਰਾ ਸਕਦੇ ਹੋ, ਠੀਕ ਹੈ। ਜਿਵੇਂ ਪਹਿਲਾ ਪੁਆਇੰਟ ਹੈ, ਕਹਿੰਦਾ ਵੈਨ ਯੂਜ਼ਿੰਗ ਈਮੇਲ ਫੀਚਰ ਦੈਟ ਅਨੇਬਲ ਅਸ ਟੂ ਸੈਂਡ ਦੀ ਸੇਮ ਲੈਟਰ ਟੂ ਡਿਫਰੈਂਟ ਪੀਪਲ, ਇੱਕੋ ਹੀ ਲੈਟਰ ਡਿਫਰੈਂਟ ਪੀਪਲ ਨੂੰ ਸੈਂਡ ਕਰਦੇ ਹਾਂ, ਤਾਂ ਉਹਨੂੰ ਕੀ ਬੋਲ ਦਿੰਦੇ ਹਾਂ, ਮੇਲ ਮਰਜ ਬੋਲ ਦਿੰਦੇ ਹਾਂ।
मेल मर्ज इज ए टेक्निक दैट अलाउज द कस्टमाइजेशन ऑफ सिंगल डॉक्यूमेंट। इको ही डॉक्यूमेंट दे विच कस्टमाइजेशन दिंदा। कस्टमाइजेशन दा मतलब हुंदा है उन्हूं अपने हिसाब दे नाल मैनेज करना, एडिट करना। जिवें 100 बच्चों की एक एक्सल फाइल सी, जां साडे कोले 400 बच्चों के मैस दे अकाउंट सी, उन्हां नूं असीं कस्टमाइज करके अपने हिसाब नाल कल्ले किहड़े नूं की भेजना असीं भेज सकदे हां। सच एज ईमेल बाय मर्जिंग इट विद डेटा सोर्स दैट कंटेन रेसीपेंट इनफॉर्मेशन। जिहड़ा रेसीपेंट की इनफॉर्मेशन हुंदी आ उहनूं कल्ले कल्ले नूं आपां भेज सकदे हां। पहला पॉइंट हो गया। दूजा पॉइंट कहिंदा विद मेल मर्ज यू कैन क्रिएट टैंपलेट और मास्टर डॉक्यूमेंट। एक आपां टैंपलेट बना सकते हैं जां मास्टर डॉक्यूमेंट्स दैट इनकलूड्स प्लेस होल्डरस फॉर परसनलाइज्ड इनफॉर्मेशन। प्लेस होल्डर उही हुंदे ने, जिवें इह भी सवाल एक बारी पुछिया होया, जिवें नेम आपां ऐड करना है तां इस तरह करके फील्ड आऊगा, ते रोल नंबर ऐड करना है, रोल नंबर तां इस इह हुंदे ने प्लेस होल्डर। इस तरह करके फील्ड आपां ऐड कर सकदे हां, है ना। परसनलाइज इनफॉर्मेशन सच है रेसीपेंट्स नेम एड्रैस अदर डिटेल्स। द डेटा सोर्स कैन बी स्प्रैडशीट। स्प्रैडशीट एक्सल की तरह ही हुंदा है। एक्सल असल दे विच उहदा एक टाइप है, स्प्रैडशीट हुंदा जिथे आपां डेटा नूं कैलकुलेशन वगैरह कर सकते हैं। ये डेटाबेस और ईवन ए ईमेल कॉन्टैक्ट लिस्ट, जां कहिंदा कोई ईमेल कॉन्टैक्ट लिस्ट भी हो सकती है। क्लीयर हुई गल। अगला पॉइंट, ड्यूरिंग द मेल मर्ज प्रोसैस द सॉफ्टवेयर यूज फॉर ईमेल कम्युनिकेशन। यह बहुत ज़्यादा इंपॉर्टेंट है। किहड़ा सॉफ्टवेयर वरत्या जाता है? माइक्रोसॉफ्ट आउटलुक वरत्या जाता है, तो एक एम एस ऑफिस वरत्या जाता है। दो नाम एक होर लिख लो, एम एस वर्ड या एम एस ऑफिस, है ना, एक ही गल है। टेक्स द टैंपलेट एंड मर्ज इट विद द रेसिपेंट इनफॉर्मेशन फ्रॉम डेटा सोर्स। दिस रिजल्ट इन मल्टीपल परसनलाइज ईमेल बीइंग जनरेटड एंड सेंट द रिस्पेक्टिव रेसिपेंट्स विद ईच ईमेल कंटेनिंग द एप्रोप्रिएट इनफॉर्मेशन स्पेसिफिक टू ईच रेसीपेंट। कहिंदा हरेक रेसीपेंट की स्पेसिफिक ईमेल या स्पेसिफिक इनफॉर्मेशन नूं परसनलाइज करके आपां कल्ले कल्ले नूं भेज सकदे हां। उहदा ही निचोड़ है जिहड़ा मैं पहलां दस चुक्किया सी तुहानूं। तां फिर इहदा आंसर आ जाऊगा सी, मेल मर्ज। सौखा सी ना कम। अगला सवाल कहिंदा इन द कॉन्टेक्सट ऑफ ईमेल वट इज स्पैम। स्पैम की हुंदा ईमेल दे विच? हुण आपां नूं पता है वी बहुत सारियां मेल आपां नूं आउंदियां रहिंदियां, है ना। उह मेल्स दे विच कहा जांदा वी ਤੁਸੀਂ 5 ਲੱਖ ਜਿੱਤ ਚੁੱਕੇ ਹੋ, ਤੁਸੀਂ ਇਹ ਵਾਲੇ ਲਿੰਕ ਤੇ ਕਲਿੱਕ ਕਰਕੇ ਆਪਣਾ ਡਿਟੇਲ ਭਰੋ ਅਕਾਊਂਟ ਦੀ, ਤੁਹਾਨੂੰ ਪੈਸੇ ਟ੍ਰਾਂਸਫਰ ਕੀਤੇ ਜਾਣਗੇ, ਹੈ ਨਾ। ਜਾਂ ਕੋਈ ਕਹਿੰਦਾ ਵੀ ਮੈਂ ਹੁਣ ਤਾਣੀ ਆ, ਮੈਂ ਆਪਸੇ ਬਾਤ ਕਰਨਾ ਚਾਹਤੀ ਹੂੰ, ਵੀ ਇਸ ਨੰਬਰ ਪੇ ਆਪ ਮੁਝੇ ਹੈਲੋ ਬੋਲੇ, ਸੋ ਮੈਂ ਆਪਸੇ ਬਾਤ ਕਰਨੇ ਕੇ ਲੀਏ ਤੜਫ ਰਹੀ ਹੂੰ, ਐਵੇਂ ਐਵੇਂ ਕਿਹਾ ਜਾਂਦਾ, ਹੈ ਨਾ। ਸੋ ਇਹ ਸਾਰੇ ਕੀ ਹੁੰਦੇ ਨੇ? ਸਪੈਮ ਮੇਲਸ ਹੁੰਦੀਆਂ ਨੇ। ਤਾਂ ਹੁਣ ਪੁੱਛਦਾ ਵੀ ਸਪੈਮ ਕੀ ਆ? ਦ ਐਕਟ ਆਫ ਓਵਰਲੋਡਿੰਗ ਈਮੇਲ ਸਰਵਰ ਬਾਏ ਯੂਜਿੰਗ ਡਿਨਾਈਲ ਆਫ ਸਰਵਿਸ ਅਟੈਕ। ਨਹੀਂ, ਓਵਰਲੋਡਿੰਗ ਦਾ ਮਤਲਬ ਲੋੜ ਤੋਂ ਜ਼ਿਆਦਾ ਈਮੇਲ ਸੈਂਡ ਕਰ ਦੇਣੀਆਂ, ਸਰਵਿਸਿਸ ਨੂੰ ਡਿਨਾਈ ਕਰ ਦੇਣਾ, ਇਹ ਵੀ ਨਹੀਂ ਕੰਮ ਹੁੰਦਾ। ਇਹ ਕੰਮ ਹੁੰਦਾ ਵੋਮ ਦਾ, ਈਮੇਲ ਵੋਮ ਹੁੰਦਾ, ਜਿਹੜਾ ਆਪਾਂ ਵੋਮ ਪੜ੍ਹਿਆ ਹੈਗਾ ਸਕਿਉਰਿਟੀ ਵਾਲੇ ਚੈਪਟਰ ਦੇ ਵਿੱਚ, ਆਪਾਂ ਦੇਖ ਚੁੱਕੇ ਹਾਂ ਵੋਮ ਕੀ ਹੁੰਦਾ, ਹੈ ਨਾ। ਈਮੇਲ ਮੈਸੇਜ ਦੈਟ ਆਰ ਇਨਫੈਕਟਡ ਵਿਦ ਵਾਇਰਸ, ਇਹ ਵੀ ਨਹੀਂ ਹੁੰਦਾ। ਅੱਗੇ ਹੈਗਾ ਲਾਰਜ ਕੁਆਂਟਿਟੀ ਆਫ ਮੈਸੇਜ ਦੈਟ ਡੂ ਨੋਟ ਰੀਚ ਦਾ ਰੈਸੀਪੈਂਟ। ਉਹ ਵਾਲੇ ਬਹੁਤ ਲਾਰਜ ਮੈਸੇਜ ਜਿਹੜੇ ਰੈਸੀਪੈਂਟ ਤੱਕ ਨਹੀਂ ਪਹੁੰਚਦੇ, ਇਹ ਵੀ ਨਹੀਂ ਹੁੰਦਾ। ਅਗਲਾ unsolicited advertisement sent to large number of recipient, ਇਹ ਬਿਲਕੁਲ ਠੀਕ ਆ। ਹਜੇ ਤੁਹਾਨੂੰ ਪੂਰਾ ਸਮਝ ਨਹੀਂ ਆਇਆ ਹੋਣਾ, ਮੈਂ ਦੱਸਦਾ। ਪਹਿਲਾਂ ਆਪਾਂ ਸਪੈਮ ਬਾਰੇ ਪੜ੍ਹਦੇ ਹਾਂ। ਸਪੈਮ ਕੀ ਹੁੰਦਾ? An unsolicited email message is sent to many recipient at once is commonly referred to as spam. ਕਹਿੰਦਾ ਬਹੁਤ ਸਾਰੇ ਈਮੇਲ ਰੈਸੀਪੈਂਟ ਨੂੰ ਇੱਕੋ ਜਿਹਾ ਮੈਸੇਜ ਇੱਕੋ ਸਮੇਂ ਤੇ ਭੇਜ ਦੇਣਾ, ਉਹ ਹੁੰਦਾ unsolicited. Spam email are typically sent in bulk to a large number of recipient without their consent or request. ਜਿਹਨੂੰ ਮੇਲ ਭੇਜਦੇ ਆ ਉਹ ਰਿਕੁਐਸਟ ਨਹੀਂ ਕਰਦਾ, ਨਾ ਹੀ ਉਹ ਕੰਸੈਂਟ ਹੁੰਦਾ ਉਹਦਾ ਵੀ ਮੈਨੂੰ ਭੇਜੀ ਜਾਵੇ ਮੇਲ, ਹੈ ਨਾ। ਆਪਾਂ ਧੱਕੇ ਨਾਲ ਹੀ ਭੇਜ ਦਿੰਦਾ ਜਿਹੜਾ ਬੰਦਾ, ਕਿਉਂ ਭੇਜਦਾ? ਉਹਦਾ ਇਹ ਕਾਰਨ ਆ, ਦੀਜ਼ ਈਮੇਲ ਆਰ ਓਫਨ ਕਮਰਸ਼ੀਅਲ ਇਨ ਨੇਚਰ, ਕਮਰਸ਼ੀਅਲ ਨੇਚਰ ਦੀਆਂ ਹੁੰਦੀਆਂ ਨੇ, ਐਂਡ ਏਮ ਟੂ ਪ੍ਰਮੋਟ ਪ੍ਰੋਡਕਟਸ, ਕਿਸੇ ਪ੍ਰੋਡਕਟ ਨੂੰ ਪ੍ਰਮੋਟ ਕਰਦੀਆਂ ਨੇ। ਜਿਵੇਂ ਆਪਾਂ ਕਿਸੇ ਸ਼ੋਰੂਮ ਤੋਂ ਕੁਛ ਖਰੀਦ ਲੈਂਦੇ ਹਾਂ, ਉਹ ਧੱਕੇ ਨਹੀਂ ਭੇਜੀ ਜਾਂਦੇ ਵੀ ਇਹ ਵਾਲੀ ਔਫਰ ਹੈ, ਐਮਾਜੋਨ ਫਲਿੱਪਕਾਰਟ ਵਾਲੇ ਸਬਸਕ੍ਰਾਈਬ ਕੀਤੇ ਹੁੰਦੇ ਨੇ ਆਪਾਂ, ਉਹ ਜ਼ਿਆਦਾਤਰ ਆਪਾਂ ਨੂੰ ਮੇਲ ਭੇਜੀ ਜਾਂਦੇ ਨੇ ਸਰਵਿਸਿਸ ਦੇ ਲਈ ਜਾਂ ਕੋਈ ਸਕੈਮ ਵਗੈਰਾ ਕਰਨ ਦੇ ਲਈ। ਹੁਣ ਇਸੇ ਚੀਜ਼ ਨੂੰ ਹੀ ਜਿਹੜੇ ਅਟੈਕਰ ਹੁੰਦੇ ਨੇ ਉਹ ਵਰਤ ਲੈਂਦੇ ਨੇ ਕਿ ਤੁਸੀਂ ਇੱਥੇ ਕਲਿੱਕ ਕਰੋ ਜੀ, ਐਂ ਕਰੋ, ਹੈ ਨਾ। ਸੋ ਇਸ ਚੀਜ਼ ਨੂੰ ਬਚਣ ਦੇ ਲਈ ਜੀਮੇਲ ਕੀ ਕਰਦਾ? ਜੀਮੇਲ ਨੇ ਇੱਕ ਫੀਚਰ ਪ੍ਰੋਵਾਈਡ ਕੀਤਾ ਸਪੈਮ ਮੇਲ, ਜੰਕ ਮੇਲ ਜਾਂ ਅਨਸੋਲੀਸਿਟਡ ਮੇਲ ਦੇ ਲਈ। ਕਹਿੰਦਾ ਜੇ 3 ਕ੍ਰਾਈਟੀਰੀਆ ਕੋਈ ਮੇਲ ਮੈਚ ਕਰਦੀ ਆ ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ? ਸਪੈਮ ਮੇਲ। ਪਹਿਲਾਂ ਕਹਿੰਦਾ ਉਹਦੇ ਵਿੱਚ ਅਨੋਨਿਮਿਟੀ ਹੋਵੇ। ਅਨੋਨਿਮਿਟੀ ਮਤਲਬ ਸੈਂਡਰ ਦਾ ਜਿਹੜਾ ਐਡਰੈਸ ਹੈ
ਉਹ ਹਾਈਡ ਕੀਤਾ ਹੋਵੇ, ਕਨਸੀਲਡ ਕੀਤਾ, ਕਨਸੀਲਡ ਹੋਵੇ, ਹੈ ਨਾ। ਦੂਸਰਾ ਕਹਿੰਦਾ ਉਹ ਮਾਸ ਮੇਲਿੰਗ ਹੋਵੇ, ਦੋ ਚਾਰ ਦਸ ਜਣਿਆਂ ਨੂੰ ਨਾ ਭੇਜੀ ਹੋਵੇ, ਉਹ ਲੱਖਾਂ ਹਜ਼ਾਰਾਂ ਬੰਦਿਆਂ ਨੂੰ ਭੇਜੀ ਹੋਵੇ, ਤਾਂ ਉਹ ਕੀ ਹੋ ਜੂਗੀ, ਮਾਸ ਮੇਲਿੰਗ ਦੀ ਕੰਡੀਸ਼ਨ ਫੋਲੋ ਕਰਦਾ। ਤੀਸਰਾ ਹੋ ਗਿਆ ਅਨਸੋਲੀਸਿਟਡ। ਅਨਸੋਲੀਸਿਟਡ ਦਾ ਮਤਲਬ ਹੁੰਦਾ ਰਿਸੀਵਰ ਹੁੰਦਾ ਜਿਹੜਾ ਈਮੇਲ ਦਾ, ਤੇ ਉਹ ਰਿਕੁਐਸਟ ਨਾ ਕਰੇ। ਹੁਣ ਆਪਾਂ ਥੋੜੀ ਕਹਿੰਦੇ ਹਾਂ ਵੀ ਮੈਨੂੰ ਕੋਈ ਨੰਬਰ ਭੇਜੋ, ਮੈਨੂੰ ਵੀ ਉਹਦੇ ਨਾਲ ਗੱਲ ਕਰਨੀ ਹੈ, ਤਾਂ ਨਹੀਂ ਅਜੇ ਉਹ ਵੀ ਸੀਗੇ ਨਾ, ਆਪਾਂ ਥੋੜੀ ਕਹਿੰਦੇ ਹਾਂ। ਸੋ ਜੇ ਇਹ ਤਿੰਨ ਕੰਡੀਸ਼ਨਾਂ ਮੈਚ ਹੋ ਜਾਂਦੀਆਂ ਨੇ, ਤਾਂ ਜਿਹੜਾ ਜੀਮੇਲ ਹੈ ਉਹਨੂੰ ਸਪੈਮ ਫੋਲਡਰ ਦੇ ਵਿੱਚ ਪਾ ਦਿੰਦਾ। ਸਪੈਮ ਇੱਕ ਨਾਮ ਦਾ ਫੋਲਡਰ ਬਣਿਆ ਹੁੰਦਾ ਜੀਮੇਲ ਦੇ ਵਿੱਚ, ਜਿੱਥੇ ਉਹਨੂੰ ਲੱਗਦਾ ਵੀ ਇਹ ਮਲੀਸ਼ੀਅਸ ਹੋ ਸਕਦੀ ਹੈ। ਬਟ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਈਮੇਲ ਨੇ ਜਿਹੜੀਆਂ ਉਹ ਸਪੈਮ ਹੁੰਦੀਆਂ ਨੇ। ਤਾਂ ਆਹ ਫੋਲਡਰ ਹੁੰਦਾ ਹੈਗਾ ਜਿਵੇਂ ਸਪੈਮ ਦੀ ਆਪਾਂ ਗੱਲ ਕਰਦੇ ਹਾਂ, ਤਾਂ ਸਪੈਮ ਦੇ ਵਿੱਚ ਜੇ ਇਹ ਤਿੰਨ ਕੰਡੀਸ਼ਨਾਂ ਫੋਲੋ ਹੋਣ ਤਾਂ ਉਹ ਮੇਲ ਉੱਥੇ ਚੱਲਦੀ ਹੈ। ਬਟ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀਆਂ ਈਮੇਲ ਸਪੈਮ ਹੋਣ। ਕਈ ਵਾਰੀ ਤੁਸੀਂ ਕਿਸੇ ਜੋਬ ਦੇ ਲਈ ਪੋਸਟਾਂ ਭਰਦੇ ਹੋ, ਉਹ ਵੀ ਬਲਕ ਬੰਦਿਆਂ ਨੂੰ ਮੇਲ ਕੀਤੀ ਹੁੰਦੀ ਹੈ, ਤੁਸੀਂ ਰਿਕੁਐਸਟ ਨਹੀਂ ਕਰਦੇ, ਉਹ ਆਪਦਾ ਐਡਰੈਸ ਨਹੀਂ ਦੇਣਾ ਚਾਹੁੰਦੇ, ਤਾਂ ਫਿਰ ਉੱਥੇ ਸਪੈਮ ਚੱਲ ਜਾਂਦੀ ਹੈ, ਤਾਂ ਤੁਸੀਂ ਸਪੈਮ ਚੈੱਕ ਕਰ ਸਕਦੇ ਹੋ। ਬਸ ਇੱਕ ਇਹ ਹੈ ਵੀ ਜਿਹੜਾ ਟੈਕਨੀਕਲ ਨੋਨ ਟੈਕਨੀਕਲ ਬੰਦਾ ਉਹਨੂੰ ਉਹਦੇ ਸਾਹਮਣੇ ਨਾ ਮੇਲ ਚਲੀ ਜਾਵੇ, ਇਨਬੋਕਸ ਦੇ ਵਿੱਚ ਨਾ ਚਲੀ ਜਾਵੇ। ਸਪੈਮ ਦੇ ਵਿੱਚ ਜਿਹੜਾ ਬੰਦਾ ਖੋਲੂਗਾ, ਹਰ ਬੰਦਾ ਸਪੈਮ ਨਹੀਂ ਖੋਲਦਾ, ਸਪੈਮ ਜਿਹੜਾ ਥੋੜਾ ਬਹੁਤ ਅਵੇਅਰ ਹੁੰਦਾ ਉਹੀ ਖੋਲਦਾ ਬੰਦਾ, ਹੈ ਨਾ। ਸੋ ਇੱਕ ਤਰੀਕੇ ਦੀ ਆਪਾਂ ਕਹਿ ਲਓ ਵੀ ਪ੍ਰੋਟੈਕਸ਼ਨ ਹੋ ਗਈ, ਠੀਕ ਹੈ। ਸੋ ਤਾਂ ਕਰਕੇ ਇਹਦਾ ਅਨਸੋਲੀਸਿਟਡ ਐਡਵਰਟੀਜ਼ਮੈਂਟ ਸੈਂਡ ਟੂ ਏ ਲਾਰਜ ਨੰਬਰ ਆਫ ਰੈਸੀਪੈਂਟ, ਉਹਨੂੰ ਆਪਾਂ ਕੀ ਬੋਲਦੇ ਹਾਂ, ਸਪੈਮ ਬੋਲਦੇ ਹਾਂ। ਜਿਵੇਂ ਅਗਲਾ ਸਵਾਲ ਇਹਦੇ ਨਾਲ ਦੇ ਹੀ ਹੈ, ਬਿਲਕੁਲ। ਕਹਿੰਦਾ ਅਨਸੋਲੀਸਿਟਡ ਈਮੇਲ ਸੈਂਡ ਟੂ ਮੈਨੀ ਰੈਸੀਪੈਂਟ ਐਟ ਵਾਂਸ। ਕਹਿੰਦਾ ਅਨਸੋਲੀਸਿਟਡ ਮਤਲਬ ਕਿ ਜਿਹੜੀ ਰਿਸੀਵਰ ਨੇ ਰਿਕੁਐਸਟ ਨਹੀਂ ਕੀਤੀ, ਬਹੁਤ ਸਾਰੇ ਰੈਸੀਪੈਂਟ ਨੂੰ ਸੈਂਡ ਕਰਦੇ ਹੋ, ਵਾਰਮ ਹੁੰਦਾ ਨਹੀਂ, ਵਾਇਰਸ ਵੀ ਨਹੀਂ ਹੁੰਦਾ, ਥ੍ਰੈਟ ਵੀ ਨਹੀਂ ਹੁੰਦਾ, ਤਾਂ ਉਹ ਕੀ ਹੁੰਦਾ, ਸਪੈਮ ਮੇਲ ਹੁੰਦੀ ਹੈ। ਸੋ ਡੀ ਆਂਸਰ ਬੜੇ ਸੌਖੇ ਸਵਾਲ ਆ। ਜਦੋਂ ਆਪਣੇ ਕੰਸੈਪਟ ਜਿਹੜੇ ਹੈਗੇ ਨੇ ਬਿਲਡ ਹੋ ਜਾਂਦੇ ਨੇ, ਫਿਰ ਆਪਾਂ ਨੂੰ ਇਹ ਬੜਾ ਸੌਖਾ ਲੱਗਦਾ ਕੰਮ। ਸੌਖਾ ਕੁਛ ਵੀ ਨਹੀਂ ਹੈ, ਕਿਸੇ ਵੀ ਸਬਜੈਕਟ ਦੀ ਤਿਆਰੀ ਕਰਦੇ ਹੋ ਤਾਂ ਕੋਸ਼ਿਸ਼ ਕਰੋ ਵੀ ਕੰਸੈਪਟ ਬਿਲਡਿੰਗ 'ਤੇ ਆਪਾਂ ਜ਼ਿਆਦਾ ਧਿਆਨ ਦਈਏ, ਬਜਾਏ ਕਿ ਐਵੇਂ ਮੈਰਾਥੋਨ ਲਾਉਣ ਦੇ 500 ਸਵਾਲਾਂ ਦੀ ਮੈਰਾਥੋਨ ਆ ਜੀ। ਠੀਕ ਹੈ, ਜਿੰਨਾ ਚਿਰ ਤਿਆਰੀ ਹੋ ਗਈ ਉਸ ਤੋਂ ਬਾਅਦ ਜ਼ਰੂਰ ਜਾਣਾ ਚਾਹੀਦਾ, ਨਹੀਂ ਐਵੇਂ ਇਕੱਲੇ ਸਵਾਲਾਂ 'ਤੇ ਨਹੀਂ ਜਾਈਦਾ। ਬਹੁਤ ਸਾਰੇ ਅੱਜ ਕੱਲ੍ਹ ਫੇਕ ਚੈਨਲ ਲੱਗੇ ਹੋਏ ਨੇ, ਲੋਕਾਂ ਨੂੰ ਸਸਤੀ ਮਸ਼ਹੂਰੀ ਚਾਹੀਦੀ ਹੈ, ਹੈ ਨਾ, ਤਾਂ ਉਹਦੇ ਲਈ ਕਿਤੋਂ ਵੀ ਬੰਦੇ ਨੈੱਟ ਤੋਂ ਚੱਕ ਚੱਕ ਕੇ ਕੁਐਸਚਨ ਕਰਾਉਣ ਲੱਗ ਜਾਂਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਇਹੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਇੱਕ ਅਥੈਂਟਿਕ ਚੈਨਲ ਨੂੰ ਫਾਇੰਡ ਆਊਟ ਕਰਨਾ, ਲੱਭਣਾ। ਨੋ ਡਾਊਟ ਗਲਤੀ ਤਾਂ ਚਲੋ ਥੋੜ੍ਹੀ ਬਹੁਤ ਹਰ ਬੰਦੇ ਤੋਂ ਹੋ ਸਕਦੀ ਹੈ, ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਪਰ ਸਿਰਫ ਗੂਗਲ ਤੋਂ ਚੱਕ ਕੇ ਕੁਐਸਚਨ ਕਰਾਉਣੇ, ਸੋ ਮੈਨੂੰ ਉਹ ਬੜਾ ਠੀਕ ਨਹੀਂ ਲੱਗਦਾ। ਤਾਂ ਕਰਕੇ ਆਪਾਂ ਉਹ ਕੁਐਸਚਨ ਕਰਾਉਂਦੇ ਨਹੀਂ, ਆਪਾਂ ਅਥੈਂਟਿਕ ਕੁਐਸਚਨਾਂ ਨੂੰ ਹੀ ਆਪਾਂ ਜਿਹੜਾ ਹੈ ਉਹਨਾਂ 'ਤੇ ਕੰਮ ਕਰਦੇ ਹਾਂ, ਤਾਂ ਹੀ ਆਪਣੀ ਟੈਗਲਾਈਨ ਵੀ ਉਵੇਂ ਦੀ ਹੈ, ਵਰਲਡ ਆਫ ਐਕੂਰੇਟ ਇਨਫੋਰਮੇਸ਼ਨ, ਠੀਕ ਹੈ। ਬਾਕੀ ਤੁਸੀਂ ਸੁਜੈਸ਼ਨ ਦੇ ਸਕਦੇ ਹੋ, ਜੋ ਤੁਹਾਨੂੰ ਲੱਗਦਾ ਆਪਾਂ ਉਹਦੇ ਹਿਸਾਬ ਨਾਲ ਅੱਗੇ ਤੋਂ ਚੀਜ਼ਾਂ ਚੇਂਜ ਕਰਾਂਗੇ, ਕਿਉਂਕਿ ਆਪਾਂ ਆਲਵੇਜ਼ ਅਡਾਪਟਿਵ ਟੂ ਚੇਂਜ ਆ, ਹੈ ਨਾ। ਅਗਲਾ ਸਵਾਲ ਕਹਿੰਦਾ ਵਾਇਰ ਯੂਜ਼ਿੰਗ ਈਮੇਲਸ ਬਟ ਅਨੇਬਲ ਅਸ ਟੂ ਸੈਂਡ ਸੇਮ ਲੈਟਰ ਟੂ ਡਿਫਰੈਂਟ ਪੀਪਲ। ਇਹ ਆਪਾਂ ਹੁਣੇ ਪੜ੍ਹ ਕੇ ਗਏ ਹਾਂ, ਦੇਖੋ ਅੰਗਣਵਾੜੀ ਸੁਪਰਵਾਈਜ਼ਰ 2022 ਦੇ ਵਿੱਚ ਸਵਾਲ ਪੁੱਛਿਆ ਸੀ ਇਹਨੇ। ਦੇਖੋ ਇਹ ਤਾਂ ਸੌਖੇ ਲੈਵਲ ਦਾ ਪੇਪਰ ਹੈ ਨਾ, ਪੀਟਰ ਪਲੱਸ ਵੀ ਲੈਵਲ ਦਾ, ਤਾਂ ਹੀ ਤੁਹਾਨੂੰ ਮੈਂ ਕਿਹਾ ਵੀ ਲੈਵਲ 1 ਅਤੇ ਲੈਵਲ 2 ਨੇ ਜਿਹੜੇ ਉਹ ਕਵਰ ਕਰਦੇ ਨੇ ਪੀਟਰ ਪਲੱਸ ਵੀ ਵਾਲੇ ਲੈਵਲ ਨੂੰ। ਕਹਿੰਦਾ ਸੇਮ ਲੈਟਰ ਡਿਫਰੈਂਟ ਪੀਪਲਸ ਨੂੰ ਭੇਜਦੇ ਹਾਂ, ਤੁਹਾਨੂੰ ਮੈਕਰੋ ਕਹਿੰਦੇ ਆ, ਨਹੀਂ ਟੈਂਪਲੇਟ ਕਹਿੰਦੇ ਆ, ਨਹੀਂ ਨਨ ਆਫ ਦੀਜ਼ ਵੀ ਨਹੀਂ ਆਊਗਾ, ਮੇਲ ਮਰਜ। ਆਪਾਂ ਚੰਗੀ ਤਰ੍ਹਾਂ ਪੜ੍ਹਿਆ ਇਹ ਸਵਾਲ ਹੁਣੀ। ਅਗਲਾ ਸਵਾਲ ਕਹਿੰਦਾ ਫਰੋਮ ਐਂਡ ਯੂਜ਼ਰ ਪਰਸਪੈਕਟਿਵ, ਐਂਡ ਯੂਜ਼ਰ ਪਰਸਪੈਕਟਿਵ ਤੋਂ ਵਿੱਚ ਉਹਦੇ ਫੋਲੋਇੰਗ ਸਰਵਿਸ ਆਰ ਪ੍ਰੋਵਾਈਡਡ ਬਾਈ ਇੰਟਰਨੈਟ। ਇੰਟਰਨੈਟ ਕਹਿੰਦਾ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ। ਵੈਸੇ ਇਹ ਸਵਾਲ ਸੀ ਜਿਹੜਾ ਇੰਟਰਨੈਟ ਵਾਲੇ ਚੈਪਟਰ ਦੇ ਵਿੱਚ ਵੀ ਆ ਸਕਦਾ ਸੀ, ਪਰ ਆਪਾਂ ਮੇਲ ਦੇ ਵਿੱਚ ਲਿਖਿਆ। SI ਦਾ ਸਵਾਲ ਹੈ 2022 ਦਾ। ਕਹਿੰਦਾ ਈਮੇਲ ਬਿਲਕੁਲ ਪ੍ਰੋਵਾਈਡ ਕਰਦਾ, ਇੰਟਰਨੈਟ 'ਤੇ ਈਮੇਲ ਕਰ ਹੀ ਸਕਦੇ ਹਾਂ ਆਪਾਂ। ਚੈਟ ਰੂਮ, ਚੈਟ ਰੂਮ ਕੀ ਹੁੰਦੇ ਨੇ, ਜਿਵੇਂ ਪਹਿਲਾਂ ਗੂਗਲ 'ਤੇ ਨਹੀਂ, ਗੂਗਲ ਚੈਟ ਆਪਾਂ ਲੋਕ ਕਰਦੇ ਸੀ, ਯਾਹੂ ਚੈਟ, ਉੱਥੇ ਬਹੁਤ ਸਾਰੇ ਮਸੈਂਜਰ, ਯਾਹੂ ਮਸੈਂਜਰ ਦੇ ਵਿੱਚ ਚੈਟ ਰੂਮ ਬਣੇ ਹੁੰਦੇ ਸੀ, ਜਿਹਦੇ ਵਿੱਚ ਬੰਦੇ ਚੈਟਿੰਗ ਕਰਦੇ ਰਹਿੰਦੇ ਸੀ ਇੱਕ ਦੂਜੇ ਦੇ ਨਾਲ। ਤੁਸੀਂ ਵੀ ਸ਼ਾਇਦ ਜੇ ਪਹਿਲਾਂ ਤੁਹਾਨੂੰ ਯਾਦ ਹੋਵੇ 2012-13 ਦੇ ਵਿੱਚ ਇਹ ਚੈਟਿੰਗ ਬੜੀ ਚੱਲਦੀ ਸੀ। ਮੈਂ ਵੀ ਬੜਾ ਜਦੋਂ ਇੰਟਰਨੈਟ ਸਿੱਖਿਆ, ਯੂਟਿਊਬ ਸਿੱਖਦੇ, ਅਸੀਂ ਯੂਟਿਊਬ ਕਹਿ ਰਹੇ ਹਾਂ, ਜਦੋਂ ਆਹ ਕੰਪਿਊਟਰ ਸਿੱਖਿਆ ਸੀ ਉਦੋਂ ਬੜੀ ਚੈਟ ਕਰਦੇ ਸੀ ਇੱਕ ਦੂਜੇ ਨੂੰ, ਬੜਾ ਵਧੀਆ ਲੱਗਦਾ ਸੀ, ਕਾਲਿੰਗ ਵੀ ਪੋਸੀਬਲ ਸੀ, ਹੈ ਨਾ, ਅਨਨੋਨ ਬੰਦਿਆਂ ਦੇ ਨਾਲ। ਸੋ ਅੱਜ ਕੱਲ੍ਹ ਨਹੀਂ ਟ੍ਰੈਂਡ ਹੈਗਾ ਇਹ, ਉਦੋਂ ਜ਼ਿਆਦਾ ਹੁੰਦਾ ਸੀ। ਚੈਟ ਰੂਮ ਵੀ ਪ੍ਰੋਵਾਈਡ ਕਰਦਾ ਇੰਟਰਨੈਟ। ਮੇਲਿੰਗ ਲਿਸਟ, ਮੇਲਿੰਗ ਲਿਸਟ ਕੀ ਹੁੰਦੀ ਹੈ ਵੀ ਜਿੱਥੇ ਆਪਾਂ ਕੋਈ ਸਬਸਕ੍ਰਿਪਸ਼ਨਾਂ ਲਈਆਂ ਹੁੰਦੀਆਂ ਨੇ, ਜਿਵੇਂ ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਚਲੋ ਇਹ ਤਾਂ ਵੈਸੇ ਹੀ ਸੋਸ਼ਲ ਮੀਡੀਆ ਸਾਈਟਸ ਨੇ। ਜਿਵੇਂ ਆਪਾਂ ਕਹੀਏ ਵੀ ਕਿਸੇ ਵੀ ਪ੍ਰੋਡਕਟ ਹੈ, ਕਿਸੇ ਸ਼ੋਰੂਮ ਤੋਂ ਜਾਂਦੇ ਹਾਂ, ਉਹਦੀ ਮੇਲ ਨਹੀਂ ਆਉਂਦੀ ਰਹਿੰਦੀ ਆਪਾਂ ਨੂੰ ਕੰਪਨੀ ਦੀ, ਇੰਸਟਾਗ੍ਰਾਮ ਕਹਿ ਰਹੇ ਹਾਂ, ਫਲਿੱਪਕਾਰਟ ਹੋ ਗਿਆ, ਐਮਾਜੋਨ ਹੋ ਗਿਆ, ਜਾਂ ਆਪਾਂ ਕਹਿ ਲਓ ਵੀ ਨੈੱਟਫਲਿਕਸ ਹੋ ਗਿਆ, ਇਹਨਾਂ ਦੀਆਂ ਮੇਲਸ ਆਉਂਦੀਆਂ ਨੇ, ਇਹ ਮੇਲਿੰਗ ਲਿਸਟ ਪ੍ਰੋਵਾਈਡ ਕਰਦੇ ਨੇ ਵੀ ਉਹਨੂੰ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹਾਂ ਅਤੇ ਉਸੇ ਦੇ ਹਿਸਾਬ ਦੇ ਨਾਲ ਹੀ ਸਾਨੂੰ ਜਿਹੜੀ ਹੈ ਮੇਲ ਆ ਜਾਂਦੀ ਹੈ। ਸੋ ਆਂਸਰ ਇਹਦਾ ਸੀ ਹੈ, ਇਹ ਤਿੰਨੋਂ ਹੀ ਠੀਕ ਨੇ, ਪਹਿਲਾ, ਦੂਜਾ ਐਂਡ ਤੀਜਾ।
पानी की टैंकी भर गई है, 2 मिनट वेट करो। हाँ चलो बंद कर ही दी, कर देनी। अगला पॉइंट है चैट रूम, ऑलरेडी दस चुके हैं। मेलिंग लिस्ट, मेलिंग लिस्ट इज ए सर्विस दैट अलाउ यूजर टू सब्सक्राइब टू ए स्पेसिफिक टॉपिक और इंटरेस्ट ग्रुप एंड रिसीव्स ईमेल मैसेजेस रिलेटेड टू दैट टॉपिक। ਉਹਨੂੰ ਆਪਾਂ ਸਬਸਕ੍ਰਾਈਬ ਕਰ ਲੈਂਦੇ ਹਾਂ ਅਤੇ ਉਹਦੇ ਰਿਲੇਟਡ ਸਾਨੂੰ ਮੇਲ ਆਉਂਦੀਆਂ ਰਹਿੰਦੀਆਂ, ਤਾਂ ਇਹ ਵੀ ਇੰਟਰਨੈਟ ਪ੍ਰੋਵਾਈਡ ਕਰਦਾ, ਤਾਂ ਇਹ ਫਿਰ ਤਿੰਨੋਂ ਹੀ ਠੀਕ ਸੀਗੇ, ਹੈ ਨਾ। ਅਗਲਾ ਸਵਾਲ, ਵਿੱਚ ਉਹਦੀ ਫੋਲੋਇੰਗਸ ਆਰ ਕੰਪੋਨੈਂਟਸ ਆਫ ਈਮੇਲ, ਈਮੇਲ ਦੇ ਕਹਿੰਦਾ ਕਿਹੜੇ ਕਿਹੜੇ ਕੰਪੋਨੈਂਟ ਨੇ। ਇਨਬੋਕਸ ਬਿਲਕੁਲ ਠੀਕ ਹੈ, ਇਨਬੋਕਸ ਵੀ ਹੁੰਦਾ, ਸੈਂਟ ਮੇਲ ਦਾ ਵੀ ਆਪਸ਼ਨ ਬਣਿਆ ਹੁੰਦਾ, ਕੰਪੋਜ਼ ਮੇਲ ਵੀ ਹੁੰਦਾ, ਇਹ ਆਪਾਂ ਦੇਖ ਲੈਂਦੇ ਹਾਂ। ਤਿੰਨੋਂ ਹੀ ਠੀਕ ਨੇ, ਦੇਖੋ ਇਨਬੋਕਸ ਹੁੰਦਾ, ਸੈਂਟ ਮੇਲ ਹੁੰਦਾ, ਡਰਾਫਟ ਹੁੰਦਾ, ਤੇ ਸਪੈਮ ਆਪਾਂ ਦੇਖ ਲਿਆ, ਟਰੈਸ਼। ਇੱਕ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਟਰੈਸ਼ ਦੇ ਵਿੱਚ ਕਿਹੜੀਆਂ ਮੇਲਸ ਜਾਂਦੀਆਂ ਨੇ, ਜਿਹੜੀਆਂ ਮੇਲਸ ਨੂੰ ਆਪਾਂ ਡਿਲੀਟ ਕਰਦੇ ਹਾਂ ਉਹ ਟਰੈਸ਼ ਦੇ ਵਿੱਚ ਜਾਂਦੀਆਂ ਨੇ। 30 ਦਿਨ ਤੱਕ ਦਾ ਸਮਾਂ ਹੁੰਦਾ, 30 ਦਿਨ ਤੱਕ ਮੇਲ ਟਰੈਸ਼ ਦੇ ਵਿੱਚ ਜਾਂਦੀ ਹੈ, ਉਦੋਂ ਬਾਅਦ ਇੱਥੋਂ ਵੀ ਡਿਲੀਟ ਹੋ ਜਾਂਦੀਆਂ ਨੇ, ਹੈ ਨਾ। ਤਾਂ ਕੰਪਿਊਟਰ ਦੇ ਵਿੱਚੋਂ ਜਦੋਂ ਆਪਾਂ ਫਾਈਲਾਂ ਡਿਲੀਟ ਕਰਦੇ ਹਾਂ ਉਹ ਕਿੱਥੇ ਜਾਂਦੀਆਂ ਨੇ, ਰੀਸਾਈਕਲ ਬਿਨ ਦੇ ਵਿੱਚ ਜਾਂ ਟਰੈਸ਼ ਦੇ ਵਿੱਚ, ਜੇ ਲਿਨਕਸ ਹੈ ਤਾਂ ਟਰੈਸ਼ ਦੇ ਵਿੱਚ, ਜੇ ਵਿੰਡੋ ਤਾਂ ਰੀਸਾਈਕਲ ਬਿਨ ਦੇ ਵਿੱਚ। ਤਾਂ ਇੱਕ ਮੇਲ ਨੂੰ ਸੈਂਡ ਕਰਨ ਦੇ ਲਈ ਮੈਕਸੀਮਮ ਫਾਈਲ ਦਾ ਸਾਈਜ਼ ਕਿੰਨਾ ਹੋ ਸਕਦਾ ਹੈ, ਮੈਕਸੀਮਮ ਫਾਈਲ ਦਾ ਸਾਈਜ਼ ਲੈਸ ਦੈਨ ਇਕੁਅਲ ਟੂ 25 MB ਹੁੰਦਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ, ਪੁੱਛਿਆ ਜਾਂਦਾ। ਤੇ ਮੇਲ ਦੇ ਕਿੰਨੇ ਪਾਰਟ ਹੁੰਦੇ ਨੇ, 2 ਪਾਰਟ ਹੁੰਦੇ ਨੇ, ਜਿਵੇਂ ਬਾਈਨਰੀ, ਇੰਸਟਰਕਟਰ ਐਟ trucitor@gmail.com। ਇੱਕ ਪਾਰਟ ਇਹ ਹੋ ਗਿਆ, ਦੂਜਾ ਪਾਰਟ ਇਹ ਹੋ ਗਿਆ, ਇਹ ਯੂਜ਼ਰ ਨੇਮ ਹੈ, ਇਹ ਡੋਮੇਨ ਨੇਮ ਹੈ, ਠੀਕ ਹੈ। ਸੈਪਰੇਸ਼ਨ ਹੁੰਦੀ ਹੈ ਐਟ ਦਾ ਰੇਟ ਦੇ ਨਾਲ, ਤੁਹਾਨੂੰ ਪਤਾ ਇਹ ਬਹੁਤ ਵਾਰੀ ਦੱਸੀਆਂ ਚੀਜ਼ਾਂ, ਪੁੱਛ ਸਕਦਾ ਆਪਾਂ ਨੂੰ, ਠੀਕ ਹੈ। ਅਗਲਾ ਸਵਾਲ ਹੈ, ਕਹਿੰਦਾ ਈਮੇਲ ਵਰਕਸ ਔਨ SNMP, ਫੁੱਲ ਫਾਰਮ ਆਫ SNMP, ਇਹ ਬੜਾ ਸੌਖਾ ਹੈ, ਸਿੰਪਲ ਨੈਟਵਰਕ ਮੈਨੇਜਮੈਂਟ ਪ੍ਰੋਟੋਕੋਲ। ਹੋਰ ਜਿਹੜੀਆਂ ਮੇਲ ਦੇ ਲਈ ਪ੍ਰੋਟੋਕੋਲ ਵਰਤੀਆਂ ਜਾਂਦੀਆਂ ਨੇ ਉਹ ਵੀ ਮੈਂ ਦੱਸ ਦਿੰਦਾ, SMTP ਵੀ ਵਰਤੀ ਜਾਂਦੀ ਹੈ, ਇੱਕ ਹੁੰਦਾ POP3, ਇੱਕ ਹੁੰਦਾ IMAP, ਠੀਕ ਹੈ। ਇਹ ਸਵਾਲ ਬਹੁਤ ਵਾਰੀ ਪੁੱਛੇ ਗਏ ਨੇ, ਪ੍ਰੋਟੋਕੋਲ ਦੇ ਬੇਸਿਕ ਦੇ ਵਿੱਚ ਆਪਾਂ ਕਵਰ ਕਰ ਚੁੱਕੇ ਹਾਂ। ਇਹ ਮੇਲ ਨੂੰ ਟ੍ਰਾਂਸਫਰ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ, ਯੂਜ਼ ਟੂ ਟ੍ਰਾਂਸਫਰ ਦੀ ਈਮੇਲ, ਇਹ ਵਾਲੀਆਂ 2 ਪ੍ਰੋਟੋਕੋਲ ਨੇ, ਯੂਜ਼ ਟੂ ਡਾਊਨਲੋਡ ਔਰ ਅਪਲੋਡ ਦੀ ਮੇਲਸ, ਡਾਊਨਲੋਡ ਜਾਂ ਅਪਲੋਡਸ ਦੇ ਲਈ ਵਰਤੀਆਂ ਜਾਂਦੀਆਂ ਨੇ, ਕਲੀਅਰ। SMTP ਹੁੰਦਾ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ, POP ਹੁੰਦਾ ਪੋਸਟ ਆਫਿਸ ਪ੍ਰੋਟੋਕੋਲ, ਵਰਜਨ 3 ਚੱਲਦਾ ਇਹਦਾ, IMAP ਹੁੰਦਾ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ, ਇਹਦਾ 4 ਵਰਜਨ ਚੱਲਦਾ ਲੇਟੈਸਟ, ਠੀਕ ਹੈ, ਯਾਦ ਰੱਖਣਾ। ਅਗਲਾ ਸਵਾਲ, ਕਹਿੰਦੇ ਵਿੱਚ ਆਫ ਦੀ ਫੋਲੋਇੰਗ ਕੰਬੀਨੇਸ਼ਨ ਇਜ਼ ਕਰੈਕਟ ਰਿਗਾਰਡਿੰਗ ਜੀਮੇਲ, ਜੀਮੇਲ ਦੇ ਰਿਗਾਰਡਿੰਗ, ਦੇਖੋ ਐਸ ਆਈ ਦਾ ਇਹ ਵੀ ਹੈ ਨਾ 2021 ਦਾ, ਕਹਿੰਦਾ ਜੀਮੇਲ ਦੇ ਰਿਗਾਰਡਿੰਗ ਕਿਹੜੇ ਕੰਬੀਨੇਸ਼ਨ ਹੇਠ ਲਿਖਿਆ ਜੋ ਠੀਕ ਨੇ। ਇਨਬੋਕਸ ਤੇ ਟਰੈਸ਼ ਬਾਰੇ ਪੁੱਛਦਾ, ਟਰੈਸ਼ ਆਪਾਂ ਹੁਣੀ ਪੜਿਆ, ਕਨਸਿਸਟ ਏ ਲਿਸਟ ਆਫ ਮੇਲ ਡਿਲੀਟਡ, ਬਿਲਕੁਲ ਠੀਕ ਹੈ, ਡਿਲੀਟਡ ਮੇਲ ਕਿੱਥੇ ਜਾਂਦੀਆਂ ਨੇ, ਟਰੈਸ਼ ਦੇ ਵਿੱਚ। ਇਨਬੋਕਸ ਦੇ ਵਿੱਚ ਕੀ ਹੁੰਦਾ, ਕਨਸਿਸਟ ਆਫ ਨਿਊ ਮੇਲਸ ਦੈਟ ਇਜ਼ ਨੋਟ ਸੀਨ ਐਂਡ ਓਲਡ ਮੇਲ ਇਨ ਪੇਜ, ਕਹਿੰਦਾ ਉਹ ਵਾਲੀਆਂ ਮੇਲਸ ਹੁੰਦੀਆਂ ਨੇ ਜਿਹੜੀਆਂ ਨਹੀਂ ਸੀਨ ਕੀਤੀਆਂ ਤੇ ਓਲਡ, ਜਿਹੜੀਆਂ ਪੜ੍ਹ ਵੀ ਚੁੱਕੇ ਆ ਤੇ ਜਿਹੜੀਆਂ ਨਹੀਂ ਪੜ੍ਹੀਆਂ ਉਹ ਸਾਰੀਆਂ ਕਿੱਥੇ ਜਾਂਦੀਆਂ ਨੇ, ਇਨਬੋਕਸ ਦੇ ਵਿੱਚ। ਸੋ ਦੇਖ ਲੈਂਦੇ ਹਾਂ, ਇਨਬੋਕਸ ਦੇ ਵਿੱਚ ਉਹ ਵਾਲੀਆਂ ਮੇਲਾਂ ਸਾਰੀਆਂ ਸਟੋਰ ਕਰਦਾ ਤੇ ਟਰੈਸ਼ ਦੇ ਵਿੱਚ ਡਿਲੀਟਡ ਮੇਲ। ਸੋ ਫਿਰ ਇਹਦਾ ਮੈਨੂੰ ਲੱਗਦਾ ਦੋਨੋਂ ਹੀ ਠੀਕ ਨੇ। ਸੋ ਇਹ ਸੀਗੇ 10ਵੇਂ ਚੈਪਟਰ ਦੇ ਸਵਾਲ, ਬੜੇ ਸੌਖੇ ਸੀਗੇ, ਵੈਸੇ ਲੈਵਲ ਮੀਡੀਅਮ ਹੈ ਪਰ ਕੁਸ਼ਚਨ ਸੀ ਜਿਹੜੇ ਸੌਖੇ ਸੀਗੇ। ਸੋ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ, ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।